ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਇੱਕ ਨਵੀਂ ਸਕੀਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਹੁਣ ਪੰਜਾਬ ਦੇ ਵਿੱਚ ਵਾਹਨਾਂ ਦੀ ਰਜਿਸਟ੍ਰੇਸ਼ਨ ਆਸਾਨ ਤਰੀਕੇ ਨਾਲ ਹੋਵੇਗੀ। ਹੁਣ ਨੰਬਰ ਪਲੇਟਾਂ ਸਮੇਤ ਰਜਿਸਟ੍ਰੇਸ਼ਨ ਸਰਟੀਫਿਕੇਟ ਘਰ ਬੈਠੇ ਬਿਠਾਏ ਮਿਲੇਗਾ ਅਤੇ ਹਾਈ ਸਕਿਉਰਿਟੀ ਨੰਬਰ ਪਲੇਟਾਂ ਅਤੇ ਮੌਕੇ 'ਤੇ ਨੰਬਰ ਦੀ ਚੋਣ ਦੀ ਸਕੀਮ ਵੀ ਸ਼ੁਰੂ ਕੀਤੀ ਜਾਵੇਗੀ ਅਤੇ ਇਸ ਦੇ ਤਹਿਤ ਈ ਰਜਿਸਟ੍ਰੇਸ਼ਨ ਸਰਟੀਫਿਕੇਟ ਸਮਾਰਟ ਰਜਿਸਟ੍ਰੇਸ਼ਨ ਸਰਟੀਫਿਕੇਟ ਸੇਵਾ ਵੀ ਸ਼ੁਰੂ ਕੀਤੀ ਜਾਵੇਗੀ ਅਤੇ ਪੰਜਾਬ ਦੇ ਵਿੱਚ 5 ਲੱਖ ਰਜਿਸਟ੍ਰੇਸ਼ਨ ਸਰਟੀਫਿਕੇਟ ਲੈਣ ਵਾਲਿਆਂ ਨੂੰ ਇਸ ਦਾ ਫਾਇਦਾ ਹੋਵੇਗਾ। ਇਸ ਗੱਲ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੀ ਗਈ ਹੈ। ਸਤਿ ਸ਼੍ਰੀ ਅਕਾਲ ਜੀ, ਜਿਸ ਤਰ੍ਹਾਂ ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਈ ਗੌਰਮੈਂਟ ਵੱਲ ਵੱਧ ਰਹੇ ਹਾਂ। ਬਹੁਤ ਸਾਰੀਆਂ ਚੀਜ਼ਾਂ ਅੱਜ ਕੱਲ੍ਹ ਔਨਲਾਈਨ ਮਿਲਣ ਲੱਗ ਗਈਆਂ, ਔਨਲਾਈਨ ਅਪਲਾਈ ਹੋਣ ਲੱਗ ਗਏ, ਦਫ਼ਤਰਾਂ ਦੀ ਖੱਜਲ ਖੁਆਰੀ ਜਿਹੜੀ ਹੈ ਉਹ ਬਚਣ ਲੱਗ ਗਈ। ਅੱਜ ਇੱਕ ਹੋਰ ਵੱਡਾ ਫੈਸਲਾ, ਇੱਕ ਹੋਰ ਵੱਡਾ ਸਟੈਪ ਪੰਜਾਬ ਗੌਰਮੈਂਟ ਵੱਲੋਂ ਮੈਂ ਤੁਹਾਨੂੰ ਦੱਸਣ ਲੱਗਿਆ ਕਿ ERC, ਜੀ ਹਾਂ, ਨੋਨ ਕਮਰਸ਼ੀਅਲ ਵਹੀਕਲ ਜਿਹੜੇ ਨੇ, ਕਾਰਾਂ ਜਦੋਂ ਤੁਸੀਂ ਖਰੀਦਣ ਜਾਓਗੇ ਤਾਂ ਪਹਿਲਾਂ ਵਾਂਗੂ ਇਹ ਨਹੀਂ ਵੇਟ ਕਰਨੀ ਪੈਣੀ ਕਿ ERC ਇੱਥੇ ਜਾਓ ਜੀ, ਕਾਗਜ਼ ਉੱਥੇ ਲੈ ਜਾਓ ਜੀ, ਇੱਥੇ ਲੈ ਜਾਓ। ਉਹ ਜਿਹੜਾ ਡੀਲਰ ਹੈ ਉਹ ਤੁਹਾਡਾ ਆਧਾਰ ਕਾਰਡ ਜਿਹੜਾ ਇੰਟਰ ਕਰੂਗਾ, ਡੀਲਰ ਕੋਲ ਪਾਸਵਰਡ ਨੇ ਤਾਂ ਆਧਾਰ ਕਾਰਡ ਤੁਹਾਡਾ ਲਿੰਕ ਕਰਕੇ ਉਹ ਐਂਟਰ ਦਾ ਬਟਨ ਦੱਬ ਦੂਗਾ ਤਾਂ ਤੁਹਾਡੇ ਮੋਬਾਈਲ 'ਤੇ ਤੁਹਾਡੀ ERC ਬਣ ਕੇ ਆ ਜੂਗੀ। ਉਸੇ ਦਿਨ ਹੀ ਨੰਬਰ ਵੀ ਉਸੇ ਦਿਨ ਸਿਲੈਕਟ ਹੋ ਜੂਗਾ ਕਿਉਂਕਿ ਕੰਪਿਊਟਰ 'ਤੇ ਨੰਬਰ ਪਏ ਨੇ। ਜਿਹੜੇ ਵੀ ਜ਼ਿਲ੍ਹੇ ਨਾਲ ਸੰਬੰਧਿਤ ਹੋ ਤੁਸੀਂ, ਜਿਹੜਾ ਵੀ ਤੁਹਾਡਾ ਮਨਪਸੰਦ ਨੰਬਰ ਹੈ ਉਹ ਲਓ, ਨੰਬਰ ਵਗੈਰਾ ਭਰ ਕੇ ਉਹ ਤੋਂ ਬਾਅਦ ਆਧਾਰ ਕਾਰਡ ਜਿਹੜਾ ਉਹ ਉਹਦੇ 'ਚ ਐਂਟਰ ਕਰਕੇ ਤਾਂ ਤੁਹਾਨੂੰ ਉਸੇ ਦਿਨ ਹੀ ERC ਮਿਲ ਜੂਗੀ, ਤੁਹਾਡੇ ਮੋਬਾਈਲ 'ਚ ਆ ਜੂਗੀ। ਔਰ ਇਹਦਾ ਇਹ ਵੀ ਨਹੀਂ ਜ਼ਰੂਰੀ ਕਿ ਤੁਸੀਂ ਮੋਬਾਈਲ ਤੋਂ ਬਾਅਦ ਉਹਦਾ ਪ੍ਰਿੰਟ ਆਊਟ ਲਓ, ਉਹਨੂੰ ਅਸੀਂ ਲਿੰਕ ਕਰਤਾ ਟਰਾਂਸਪੋਰਟ ਵਿਭਾਗ ਨੇ ਕਿ ਜੇ ਤੁਸੀਂ ਕੋਈ ਤੁਹਾਨੂੰ ERC ਮੰਗਦਾ ਤੁਸੀਂ ਮੋਬਾਈਲ 'ਚ ਵੀ ERC ਦਿਖਾ ਸਕਦੇ ਹੋ ਕਿ ਆ ਮੇਰੀ ERC ਹੈ, ਉਹ ਵੈਲਿਡ ਹੋਊਗੀ। ਅਤੇ ਬਾਕੀ ਜਿਹੜਾ ਜਿਹੜੀ ਕਾਰਡ ਵਾਲੀ ਜਿਹੜੀ ERC ਹੈ ਉਹ ਜਿਵੇਂ ਪਹਿਲਾਂ ਕੋਰੀਅਰ ਰਾਹੀਂ ਘਰ ਆਉਂਦੀ ਹੈ ਉਹ ਤੁਹਾਡੇ ਘਰ ਆਊਗੀ ਬਾਅਦ ਦੇ ਵਿੱਚ, ਪਰ ਤੁਸੀਂ ਗੱਡੀ ਸ਼ੋਰੂਮ ਦੇ ਵਿੱਚੋਂ ERC ਸਮੇਤ ਅਤੇ ਆਪਣੇ ਮਨਪਸੰਦ ਨੰਬਰ ਸਮੇਤ ਕੱਢੋਗੇ ਤਾਂ ਕਿ ਤੁਹਾਡੀ ਟਰਾਂਸਪੋਰਟ ਵਿਭਾਗ ਦੀ ਜਾਂ ਕਿਤੇ RTA ਆਫਿਸ ਦੀ ਖੱਜਲ ਖੁਆਰੀ ਵੱਧ ਸਕੇ। ਆਉਣ ਵਾਲੇ ਦਿਨਾਂ 'ਚ ਹੋਰ ਵੀ ਬਹੁਤ ਕੁਛ ਡਿਜੀਟਲ ਕਰਾਂਗੇ, ਵਾਅਦੇ ਮੁਤਾਬਕ ਚੱਲ ਰਹੇ ਹਾਂ ਔਰ ਪੂਰੇ ਕਰਾਂਗੇ, ਤੁਹਾਡਾ ਸਾਥ ਚਾਹੀਦਾ। ਬਿਊਰੋ ਰਿਪੋਰਟ, ਜਗਬਾਣੀ TV।